Assalamu alaikum ji, main toda apna host Baba ji. Save historical places of Pakistan, save gurdwaras and temples of Pakistan, Punjab pitch, the heritage of Pakistan, Pakistan Heritage Club, Khore Sach Santali de aur Khalsa Raj footsteps in Pakistan. Punjab te Punjabi aur Pothwar te Pothwari. ਇਹ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡੀ ਖਿਦਮਤ 'ਚ ਫਿਰ ਇੱਕ ਵਾਰੀ ਹਾਜ਼ਰ ਹੋਇਆ ਵਾਂ ਔਰ ਅੱਜ ਮੈਂ ਆਇਆ ਵਾਂ ਸਪੈਸ਼ਲੀ ਪਿੰਡ ਬਸਾਲੀ ਜੀ ਬਸਾਲੀ ਪਿੰਡ ਡਿਸਟ੍ਰਿਕਟ ਰਾਵਲਪਿੰਡੀ ਦਾ ਇੱਕ ਬੜਾ ਵੱਡਾ ਪਿੰਡ ਸੀ ਕਦੇ ਇਹਨੂੰ ਛੋਟਾ ਸ਼ਹਿਰ ਕਿਹਾ ਜਾਂਦਾ ਸੀ ਔਰ ਖਾਲਸਾ ਰਾਜ ਦੇ ਬੜੇ ਗਹਿਰੇ ਫੁੱਟਸਟੈਪਸ ਨੇ ਪਾਣੀ ਦੀਆਂ ਬੰਨਾਂ ਨੇ ਗੁਰਦੁਆਰੇ ਸਨ ਖਾਲਸਾ ਹਾਈ ਸਕੂਲ ਸੀ ਹੋਰ ਵੀ ਬੜਾ ਕੁਛ ਸੀ ਇਹ ਨੰਨੇ ਮੁੰਨੇ ਬੱਚੇ ਜਿਹੜੇ ਨੇ ਬਾਬੇ ਬੋਰਡ ਦੇ ਕੋਲ ਬੈਠੇ ਨੇ ਔਰ ਆਪਣੀਆਂ ਜਿਹੜੀਆਂ ਨੇ ਦੁਪਹਿਰ ਜਿਹੜੀ ਉਹ ਇੱਥੇ ਗੁਜ਼ਾਰ ਰਹੇ ਨੇ ਸਾਰੇ ਬੱਚੇ ਜਿਹੜੇ ਨੇ ਰਲ ਕੇ ਇੱਥੇ ਬੋਰਡ ਦੇ ਥੱਲੇ ਖੇਡਦੇ ਨੇ ਪਿੰਡ ਦੇ ਵਿੱਚ ਕਮ ਅਜ਼ ਕਮ 7 to 8 ਬੋਰਡ ਨੇ ਬਾਬਾ ਬੋਰਡ ਨੇ ਔਰ ਬੱਚੇ ਵੱਡੇ ਸਭ ਇੰਜੋਏ ਕਰਦੇ ਨੇ ਇਹਨਾਂ ਦੀ ਛਾਂ ਦੇ 'ਚ ਬੈਠ ਕੇ ਮੇਰਾ ਪਤਾ ਨਹੀਂ ਇਹਨਾਂ ਬਾਬੇ ਬੋਰਡਾਂ ਦੇ ਨਾਲ ਕੀ ਤਿਲਕ ਹੈ ਜਿੱਥੇ ਵੀ ਜਾਣਾ ਵਾ ਮੈਨੂੰ ਅੱਗੇ ਮਿਲਦੇ ਨੇ ਔਰ ਮੈਂ ਇਹਨਾਂ ਨੂੰ ਦਿਖਾਇਓ ਬਗੈਰ ਨਹੀਂ ਰਹਿ ਸਕਦਾ ਮੈਂ ਹੀ ਕਹਾਂਗਾ ਕਿ ਖਾਲਸਾ ਰਾਜ ਦੀ ਜਿਹੜੀ ਫੁੱਟਸਟੈਪਸ ਨੇ ਜਾਂ ਰੂਟਸ ਜਿਹੜੀਆਂ ਨੇ ਇਸ ਇਲਾਕੇ ਨਾਲ ਬਹੁਤ ਗਹਿਰੀਆਂ ਨੇ ਔਰ ਬਹੁਤ ਡੂੰਘੀਆਂ ਨੇ ਰੂਟਸ ਦੇ ਉੱਤੇ ਗੁਰਪ੍ਰੀਤ ਆਨੰਦ ਸਾਹਿਬ ਦਾ ਇੱਕ ਬੜਾ ਪਿਆਰਾ ਆਰਟੀਕਲ ਸੀ ਕਿ ਜੜ੍ਹਾਂ ਬਹੁਤ ਗਹਿਰੀਆਂ ਨੇ ਰੂਟਸ ਜਿਹੜੀਆਂ ਨੇ ਬੜੀਆਂ ਡੀਪ ਨੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਅੱਜ ਇੱਕ ਵੀਰ ਜੀ ਦਾ ਜਿਨ੍ਹਾਂ ਨੇ ਇਹ ਸ਼ਰਟ ਜਿਹੜੀ ਸੀ ਮੇਰੇ ਲਈ ਗਿਫਟ ਭੇਜੀ ਸੀ ਉਹਦੇ ਵਿੱਚ ਮੈਂ ਪਹਿਲਾ ਪ੍ਰੋਗਰਾਮ ਕਰ ਰਿਹਾ ਵਾਂ ਪਿਲੀਗ੍ਰੇਮੇਜ ਜਿਹੜਾ ਸੀ ਲਾਸਟ ਈਅਰ ਵਿਸਾਖੀ ਦੇ ਅੰਦਰ ਸੋਰੀ ਇਸ ਸਾਲ ਦੀ ਸ਼ੁਰੂ ਵਿਸਾਖੀ ਦੇ ਅੰਦਰ ਇੱਕ ਵੀਰ ਜੀ ਨੇ ਮੇਰੇ ਲਈ ਸ਼ਰਟ ਭੇਜੀ ਸੀ ਵਿਦੇਸ਼ ਤੋਂ ਮੈਨੂੰ ਨਹੀਂ ਪਤਾ ਕਿੱਥੋਂ ਭੇਜੀ ਲੇਕਿਨ ਮੈਂ ਅੱਜ ਉਹਨਾਂ ਦੀ ਖੁਆਇਸ਼ ਦੇ ਮੁਤਾਬਕ ਇਹ ਸ਼ਰਟ ਪਾ ਕੇ 5 ਪ੍ਰੋਗਰਾਮ ਕਰਨੇ ਨੇ 5 ਦੇ ਵਿੱਚ ਉਹਨਾਂ ਦੀ ਸ਼ਰਟ ਮੈਂ ਪਾਵਾਂਗਾ ਔਰ ਇਹਨਾਂ ਦੀ ਯਾਦ ਮੇਰੇ ਨਾਲ ਹੈ ਅਤੇ ਇਹ ਨਿੱਕੇ ਨਿੱਕੇ ਬੱਚੇ ਆ ਦੇਖੋ ਸਾਰੇ ਦੇ ਸਾਰੇ ਜਿਹੜੇ ਨੇ ਇਹ ਕੁਲਫੀਆਂ ਖਾ ਰਹੇ ਹੈ ਇਹ ਸਾਰੇ ਜਿਹੜੇ ਨੇ ਬੋਰਡ 'ਤੇ ਜਿਹੜੇ ਬੰਨ ਨੇ ਇੱਥੇ ਇੰਜੋਏ ਕਰ ਰਹੇ ਨੇ ਅਤੇ ਫਿਰ ਮੈਂ ਤੁਹਾਨੂੰ ਥੋੜ੍ਹੀ ਜਿੰਨੀਆਂ ਹੋਰ ਯਾਦਾਂ ਤਾਜ਼ੀਆਂ ਕਰਾਉਂਦਾ ਬਸਾਲੀ ਦੀਆਂ ਅਤੇ ਇਹ ਦੇਖੋ ਸ਼ਾਇਦ ਕਿਸੇ ਨੂੰ ਆਪਣਾ ਬਚਪਨ ਯਾਦ ਆਉਂਦਾ ਹੋਵੇ ਕਦੇ ਕਦੇ ਇੰਝ ਕੁਲਫੀਆਂ ਖਾਂਦੇ ਹੋਵੋਗੇ ਜਿਹਦੇ ਨਾਲ ਮੂੰਹ ਵੀ ਲਿਬੜ ਜਾਂਦਾ ਹੋਏਗਾ ਇਹ ਸਾਰੇ ਬੱਚੇ ਜਿਹੜੇ ਨੇ ਧੁੱਪ ਤੋਂ ਬਚਣ ਦੀ ਖਾਤਰ ਬਾਬੇ ਬੋਰਡ ਦੇ ਥੱਲੇ ਆ ਕੇ ਬੈਠੇ ਨੇ ਅਤੇ ਮੈਂ ਤੁਹਾਨੂੰ ਜਿਹੜੀ ਹੈ ਪਾਣੀ ਦੀ ਬੰਨ ਇਹਦੇ ਚਾਰੋਂ ਪਾਸੋਂ ਤੁਹਾਨੂੰ ਦਿਖਾਉਂਦਾ ਜਾਵਾਂ ਸਭ ਤੋਂ ਪਹਿਲੇ ਤੁਹਾਨੂੰ ਮੈਂ ਦਿਖਾਵਾਂਗਾ ਲੇਡੀਜ਼ ਬਾਥ ਦੀ ਜਗ੍ਹਾ ਇਹ ਲੇਡੀਜ਼ ਬਾਥ ਜਿਹੜਾ ਸੀ ਇੱਥੇ ਲਿਆ ਜਾਂਦਾ ਸੀ ਪਿੰਡ ਬਸਾਲੀ ਅੰਦਰ ਸਿੰਘ ਰਮਿੰਦਰ ਜੀ ਇਹ ਉਹ ਜਗ੍ਹਾ ਹੈ ਜਿਹੜੀ ਤੁਹਾਡੇ ਨਾਨਕਿਆਂ ਦੇ ਸੀ ਅਤੇ ਇਹ ਦੇਖੋ ਇਹ ਪੂਰਾ ਮੈਨੂੰ ਵਰਡ ਭੁੱਲ ਗਿਆ ਕਿ ਇਹਨੂੰ ਕੀ ਕਿਹਾ ਜਾਂਦਾ ਪੌਣਾ ਬਿਲਕੁਲ ਜੀ ਇਹ ਪੌਣਾ ਹੈ ਸੁਖਮੀਤ ਬਾਜੀ ਨੇ ਮੈਨੂੰ ਦੱਸਿਆ ਸੀ ਲੇਕਿਨ ਹੁਣ ਪਿੱਛੋਂ ਇੱਕ ਬੱਚੇ ਨੇ ਦੱਸਿਆ ਕਿ ਇਹਨੂੰ ਪੌਣਾ ਕਹਿੰਦੇ ਨੇ ਇੱਥੇ ਫੀਮੇਲਸ ਜਿਹੜੀਆਂ ਸਨ ਉਹ ਬਾਥ ਲੈਂਦੀਆਂ ਸਨ ਪਿੰਡ ਦੀਆਂ ਅੱਜ ਕੱਲ੍ਹ ਤਾਂ ਗੰਦਾ ਛੱਪੜ ਬਣ ਗਿਆ ਔਰ ਇਹਦੇ 'ਚ ਗੰਦਾ ਪਾਣੀ ਹੈ ਲੇਕਿਨ ਇੰਨਾ ਵੀ ਗੰਦਾ ਨਹੀਂ ਹੈ ਬਰਕੈਫ ਪਾਣੀ ਜਿਹੜਾ ਉਹ ਉਸ ਤਰ੍ਹਾਂ ਨਹੀਂ ਰਿਹਾ ਜਿਸ ਤਰ੍ਹਾਂ ਹੁੰਦਾ ਸੀ ਇਹ ਪਿੰਡ ਦੀ ਖੂਬਸੂਰਤ ਮਸਜਿਦ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾ ਅੱਲਾ ਔਰ ਮੁਹੰਮਦ ਬਹੁਤ ਪਿਆਰਾ ਕੰਮ ਕੀਤਾ ਹੋਇਆ ਬੱਚੇ ਪੜ੍ਹਾਈ ਕਰ ਰਹੇ ਨੇ ਇਹ ਦੇਖੋ ਤੁਸੀਂ ਖਾਲਸਾ ਹੱਥਾਂ ਦੀ ਲੱਗੀ ਹੋਈ ਬੋਰਡ ਕੁੱਲ 4 ਬੋਰਡਾਂ ਸਨ ਇੱਕ ਬੋਰਡ ਖਤਮ ਹੋ ਗਈ ਹੈ ਅਤੇ 3 ਬਾਕੀ ਨੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਪਿੰਡ ਬਸਾਲੀ ਬਸਾਲੀ ਸ਼ਹਿਰ ਸੌਰੀ
ਇਹ ਦੇਖੋ ਇਹ ਪਿੰਡ ਦਾ ਖੂਹ ਹੈ, ਇਹ ਖੂਹ ਅੱਜ ਵੀ ਬਾਕੀ ਹੈ, ਨਾਲ ਹੀ ਇਹ ਪਾਣੀ ਦੀ ਟੈਂਕੀ ਹੈ ਔਰ ਇਹ ਜਾਨਵਰ ਨਹਾ ਰਹੇ ਨੇ, ਇੱਕ ਮੱਝ ਉੱਤੇ ਖਲੋਤੀ ਹੋਈ ਹੈ ਔਰ ਇੱਕ ਮੱਝ ਇਹ ਪਾਣੀ ਦੇ ਅੰਦਰ ਹੈ। ਇਹ ਮਾਂ ਜੀ ਆਪਣੇ ਜਾਨਵਰ ਨਵਾਉਣ ਲਈ ਲੈ ਕੇ ਆਏ ਨੇ। ਇਹ ਬਾਬਾ ਬੋਰਡ, ਤੀਸਰਾ ਬਾਬਾ ਬੋਰਡ, ਦੇਖੋ ਇਹਨਾਂ ਬੋੜਾਂ ਨੂੰ ਬੜੇ ਪਿਆਰੇ ਤਰੀਕੇ ਨਾਲ ਸਵਾਰ ਕੇ ਬਣਾਇਆ ਹੈ, ਇਹਨਾਂ ਦਾ ਪੱਥਰ ਬੜਾ ਸਵਾਰ ਕੇ ਲਾਇਆ ਗਿਆ। ਜਿਨ੍ਹਾਂ ਲੋਕਾਂ ਦੇ ਲਾਗੇ ਘਰ ਨੇ ਉਹ ਇਹਨਾਂ ਨੇ ਇਹਨੂੰ ਬੜੇ ਪਿਆਰ ਦੇ ਨਾਲ, ਦੇਖੋ ਤੁਸੀਂ ਇਹ ਪਾਉਣਾ, ਜਿੱਥੇ ਤੀਵੀਆਂ ਔਰਤਾਂ ਗੁਸਲ ਲੈਂਦੀਆਂ ਸਨ ਇਹ ਉਹ ਜਗ੍ਹਾ ਹੈ। ਵਾਟਰ ਲਿਲੀ ਵਿੱਚ ਹਾਇਆਸੈਂਥਸ, ਛੱਪੜ ਬੂਟੀ, ਸਾਰਾ ਕੁਝ ਹੀ ਕਿਹਾ ਜਾਂਦਾ ਹੈ। ਇਸ ਜਗ੍ਹਾ 'ਤੇ ਸਨ ਦੋ ਇਤਿਹਾਸਿਕ ਖੂਹ ਜਿਹੜੇ ਕਿ ਅੱਜ ਵੀ ਮੌਜੂਦ ਨੇ। ਸ਼ਾਇਦ ਇਹਨਾਂ ਖੂਹਾਂ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਣ। ਇਹ ਇੱਕ ਖੂਹ ਹੈ, ਇਹ ਔਰ ਦੂਸਰਾ ਖੂਹ ਹੈ ਔਰ ਇਹ ਨੇ ਸਰੋਵਰ ਦੀਆਂ ਜਾਂ ਪਾਣੀ ਦੇ ਬੰਨ ਦੀਆਂ ਸਟੇਅਰਸ ਇੱਥੋਂ ਵਿੱਚ ਲਿਥਿਆ ਜਾਂਦਾ ਸੀ। ਬਹੁਤ ਵੱਡਾ ਪਿੰਡ ਸੀ, ਬਹੁਤ ਸੋਹਣਾ ਪਿੰਡ ਸੀ ਬਸਾਲੀ। ਅੱਜ ਵੀ ਉਹੀ ਨਜ਼ਾਰੇ ਨੇ। ਖਾਲਾ ਜੀ ਤੁਸੀਂ ਰੋਜ਼ ਮੱਝੀਆਂ ਨਵਾਉਣ ਵਾਸਤੇ ਆਉਂਦੇ ਹੋ ਆਪਣੇ ਇੱਥੇ, ਅਤੇ ਤੁਸੀਂ ਕਿਆ ਮਹਿਸੂਸ ਕਰਦੇ ਹੋ ਜਿਹੜੇ ਲੋਕ ਇਹ ਬਣਾਈ ਗਏ, ਤੁਸਾਂ ਨਾ ਉਹਨਾਂ ਬਾਰੇ ਕੀ ਖਿਆਲ ਹੈ ਕਿ ਜਿਹੜਾ ਨੇਕੀ ਨਾਲ ਕੰਮ ਕਰੀਦੇ ਗਏ ਜਿਨ੍ਹਾਂ ਨੇ ਬੰਨਾਂ ਬਣਾਈਆਂ ਸੀਆਂ? ਉਹਨਾਂ ਨੇਕੀ ਕੀਤਾ ਜਿਹੜੇ ਹੁਣ ਉਹਨਾਂ ਮੁਸਲਮਾਨ ਹੈ ਨਾ, ਉਹ ਕੋਈ ਨਹੀਂ ਕਰਨੇ, ਅਸਾਂ ਨੇ ਲੋਕ ਖਿਆਲ ਨਹੀਂ ਕਰਨੇ, ਨਹੀਂ ਕਰਨੇ, ਪਾਣੀ ਗੰਦਾ ਕਰੀ ਛੋੜਿਆ। ਇਹ ਤਾਂ ਕੋਈ ਨਾ, ਇੱਕੋ ਪਾਣੀ ਪੀਣੇ, ਇਹ ਖੱਤਰੀ ਲੋਕ ਜਿਹੜੇ ਨਾ ਇਹ ਇੱਥੋਂ ਪਾਣੀ ਪੀਣੇ ਆਉਣੇ ਸੀ। ਤੱਕੋ ਗਟਰ, ਤੱਕੋ ਮਸਜਿਦ ਨਾ, ਤੱਕੋ ਦਰਬਾਰ ਵਾਲਿਆਂ ਨਾ, ਤੱਕੋ ਸਹੀਦਾਂ ਪਾਕਾਂ ਨਾਲ, ਸਾਰਾ ਪਾਣੀ ਸਟਿਆ ਇਸ ਵਿੱਚ ਹੈ। ਸਾਰਾ ਪਾਣੀ ਇਸ ਨੇ ਪਿਆ ਹੈ। ਤਾਂ ਮਾੜੀ ਗੱਲ ਹੈ, ਕੰਮ ਨਹੀਂ ਹੋਣਾ ਚਾਹੀਦਾ ਨਾ, ਇਹ ਕੰਮ ਐਸਾ ਨਹੀਂ ਹੋਣਾ ਚਾਹੀਦਾ। ਚਲੋ, ਇਸ ਮਾੜੀ ਤਸਵੀਰ ਆ ਗਈ ਹੈ ਜੀ। ਹਾਂ ਜੀ, ਹਾਂ ਦੱਸੋ ਸਹੀ ਮੈਂ ਤਾਂ ਕਾਹ ਸਹੀ ਨਾ ਹੱਸ ਕੇ ਖਾਲਾ ਮਾੜੀ ਖਾਲਾ ਨਹੀਂ ਹੈ ਇੱਕ ਮਾੜੀ ਹੈ। ਅਤੇ ਮੈਂ ਚਾਹੁੰਦਾ ਵਾਂ ਕਿ ਮੈਂ ਤੁਹਾਨੂੰ ਇਹ ਪਾਣੀ ਨਾਲ ਜਿਹੜਾ ਖੂਹ ਹੈ ਇਹ ਮੌਜੂਦਾ ਟੈਂਕੀ ਬਣੀ ਹੈ, ਦੇਖੋ ਜੀ ਇਹ ਖੂਹ ਹੈ ਮਾਸ਼ਾਅੱਲਾ। ਇਹ ਪ੍ਰਾਇਮਰੀ ਸੋਰਸ ਮਿਲ ਗਿਆ ਜੀ ਖੂਹ ਦਾ, ਇੱਕ ਔਨ ਕਾਰ ਔਰ ਅੱਗੇ ਸਮਝ ਨਹੀਂ ਆ ਰਹੀ, ਕੁਆਂ ਬੀਬੀ ਲਵਾਈ ਸੇਵਾ ਭਾਈ ਮਹਿਤਾਬ ਸਿੰਘ ਵਲਦ ਚੌਧਰੀ ਲਹਿੰਗਾ ਸਿੰਘ ਓਬਰਾਏ ਸਮਾਤ 1999 ਨੇ ਬਣਵਾਇਆ, ਯਕਮ ਹਾਰ 1999। ਅਜੀ ਚੌਧਰੀ ਗੰਡਾ ਸਿੰਘ ਸਿੰਘ ਜੀ ਓਬਰਾਏ ਰਾਵਲਪਿੰਡੀ ਵਾਲੋਂ ਨੇ ਬਣਵਾਇਆ।
ਇਹ ਰਾਵਲਪਿੰਡੀ ਤੋਂ ਕਿਸੇ ਨੇ ਬਣਵਾਇਆ ਸੀ ਇੱਕ ਓਨਕਾਰ, ਲੇਕਿਨ ਇਹ ਪੱਕਾ ਕਲੀਅਰ ਹੈ ਕਿ ਇਹ ਖਾਲਸਾ ਹੱਥਾਂ ਨਾਲ ਬਣਿਆ ਹੋਇਆ ਖੂਹ ਹੈ ਬਸਾਲੀ ਦਾ। ਸਾਡੇ ਅੱਜ ਵੀ ਰਾਜ, ਸਾਡੇ ਅੱਜ ਵੀ ਉਹ ਖਾਲਸਾ ਹੱਥ ਦੀਆਂ ਬਣੀਆਂ ਹੋਈਆਂ ਚੀਜ਼ਾਂ ਦੇਖ ਲਓ। ਇਹ ਇੱਟਾਂ ਉਂਝ ਦੀਆਂ ਉਂਝ ਲੱਗੀਆਂ ਨੇ, ਇਹ ਖੂਹ ਦਾ ਕਿਨਾਰਾ ਅੱਜ ਵੀ ਉਂਝ ਹੀ ਬਣਿਆ, ਉਂਝ ਹੀ ਲੋਕ ਇਹਨਾਂ ਚੀਜ਼ਾਂ ਤੋਂ ਇੰਜੋਏ ਕਰ ਰਹੇ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਉਰੇ ਇੱਕ ਹੋਰ ਖੂਹਾਂ ਜਿਹਾ ਨਜ਼ਰ ਆ ਰਿਹਾ, ਇੱਕ ਹੋਰ ਪਾਣੀ ਦੀ ਹੋਦੀ ਹੈ। ਔਰ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਅੱਜ ਬਸਾਲੀ, ਉਹ ਸਾਹਮਣੇ ਮੇਰੇ ਨਾਲ ਨੇ ਸ਼ਾਲੀਮਾਰ ਬਾਗ, ਕਾਸ਼ਿਫ ਕੁਰਕੀ। ਕਿੰਨਾ ਪੀਸਫੁਲ ਮਾਹੌਲ ਹੈ, ਕਿੰਨਾ ਸਕੂਨ ਲੱਗਦਾ ਇੱਥੇ ਆ ਕੇ ਇਹੋ ਜਿਹੀ ਜਗ੍ਹਾ 'ਤੇ। ਅਤੇ ਵੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਇਹ ਬੰਜਾਰੇ ਆ ਰਹੇ ਨੇ